ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਰੂਪਨਗਰ ਤੋਂ ਅਕਾਲੀ ਦਲ ਦੀ ਮਹਿਲਾ ਐਮਸੀ ਦਾ ਪਤੀ ਆਰਪੀ ਸ਼ੈਲੀ ਜੋ ਕਿ ਸੀਨੀਅਰ ਅਕਾਲੀ ਲੀਡਰਾਂ ਦਾ ਕਾਫੀ ਕਰੀਬੀ ਸੀ ਅਤੇ ਯੂਥ ਐਸੀ ਵਿੰਗ ਜ਼ਿਲ੍ਹਾ ਰੂਪਨਗਰ ਤੋਂ ਜ਼ਿਲ੍ਹਾ ਪ੍ਰਧਾਨ ਸੀ, ਉਸ ਨੂੰ ਥਾਣਾ ਸਿਟੀ ਰੂਪਨਗਰ ਪੁਲਿਸ ਵੱਲੋਂ ਇਰਾਦਾ ਕਤਲ ਧਮਕੀਆਂ ਦੇਣ ਅਤੇ ਅਸਲਾ ਐਕਟ ਤਹਿਤ ਦਰਜ ਮਾਮਲੇ ਵਿੱਚ ਦੇਰ ਸ਼ਾਮ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ SHO ਨੇ ਦੱਸਿਆ ਕਿ ਅਮਿਤ ਕਪੂਰ ਨੇ ਕਿਹਾ ਹੈ ਕਿ ਵਿਆਹ ਸਮਾਗਮ ਵਿੱਚ ਆਰਪੀ ਸ਼ੈਲੀ ਨੇ ਸ਼ਿੰਦੇ ਨੂੰ ਫੋਨ ਕਰਕੇ ਬੁਲਾਇਆ ਸੀ ਅਤੇ ਸ਼ੈਲੀ ਨੇ ਹੱਥ ਵਿੱਚ ਰਿਵਾਲਵਰ ਦਿਖਾ ਕੇ ਅਮਿਤ ਕਪੂਰ ਨੂੰ ਕਿਹਾ ਸੀ ਕਿ ਇਹ ਮੇਰੇ ਬੰਦੇ ਹਨ, ਜੇਕਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਤਾਂ ਚੰਗਾ ਨਹੀਂ ਹੋਵੇਗਾ। ਜਿਸ ਤੋਂ ਬਾਅਦ ਅਮਿਤ ਕਪੂਰ ਨੇ ਥਾਣਾ ਸਿਟੀ ਵਿੱਚ ਆ ਕੇ ਦੱਸਿਆ ਸੀ ਕਿ ਸ਼ੈਲੀ ਨੇ ਉਸ ਨੂੰ ਧਮਕੀ ਦਿੱਤੀ ਹੈ। ਇਸ ਮਾਮਲੇ ਵਿੱਚ ਸ਼ੈਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਆਰਪੀ ਸ਼ੈਲੀ ਤੇ ਇੱਕ ਸਾਬਕਾ MC ਦੀ ਬੇਟੀ ਵੱਲੋਂ ਛੇੜਛਾੜ ਦੇ ਦੋਸ਼ ਤਹਿਤ ਮਾਮਲਾ ਦਰਜ ਕਰਵਾਇਆ ਸੀ, ਜਿਸ ਵਿੱਚ ਸ਼ੈਲੀ ਜ਼ਮਾਨਤ ਤੇ ਸੀ। ਆਰਪੀ ਸਿੰਘ ਸ਼ੈਲੀ ਜਿਹੜਾ ਹੈਗਾ ਜੀ, 3-4 ਦਿਨ ਪਹਿਲੇ ਅਮਿਤ ਕਪੂਰ ਜਿਹੜਾ ਗੋ ਸੁਰੱਖਿਆ ਦਲ ਦਾ ਹੈਗਾ ਪ੍ਰਧਾਨ, ਉਹਦੇ 'ਤੇ ਵਿਆਹ ਦੇ ਵਿੱਚ 2-3 ਮੁੰਡਿਆਂ ਨੇ ਰਲ ਕੇ ਅਟੈਕ ਕੀਤਾ ਸੀ। ਉਹਦੀ ਪਿਸਟਲ 'ਤੇ ਕਨਪਟੀ ਦਬਾ ਲੱਗ ਕੇ ਕਨਪਟੀ ਰੱਖ ਕੇ ਉਹ ਪਿਸਟਲ ਰੱਖ ਕੇ ਉਹਨੂੰ ਕੁੱਟਮਾਰ ਕੀਤੀ ਸੀ ਜੀ। ਅਤੇ ਉਹਦੇ ਸੰਬੰਧ 'ਚ ਕੇਸ ਰਜਿਸਟਰ ਹੋਇਆ ਸੀ। ਉਸ ਟਾਈਮ 'ਤੇ ਸ਼ੈਲੀ ਨੇ ਵੀ ਇਹਨੂੰ ਪਰਚਾ ਦਰਜ ਕਰਨ ਤੋਂ ਇਨਕਾਰ ਕੀਤਾ ਵੀ ਆਪਣਾ ਰਾਜੀਨਾਮਾ ਕਰ ਲਾ, ਪਰਚਾ ਨਹੀਂ ਦਰਜ ਕਰ ਦੇਣਾ। ਇਹਨੇ ਡਰਦੇ ਮਾਰੇ ਉਸ ਦਿਨ ਥਾਣੇ ਹੋ ਕੇ ਵਾਪਸ ਚਲਾ ਗਿਆ। ਸਵੇਰੇ ਆ ਕੇ ਬਿਆਨ ਦਰਜ ਕਰਾਏ, ਉਹਦੇ ਵਿੱਚ ਵੀ ਇਹਨੇ ਸ਼ੈਲੀ ਦਾ ਨਾਮ ਲੁਕ ਛੁਪਾ ਕੇ ਰੱਖਿਆ ਵੀ ਡਰ ਰਿਹਾ ਸੀ। ਅੱਜ ਉਸ ਅਗਲੇ ਦਿਨ ਆ ਕੇ ਇਹਨੇ ਖੁੱਲ੍ਹ ਕੇ ਆਪਣਾ ਬਿਆਨ ਦਰਜ ਕਰਾਇਆ ਵੀ ਇਸ ਤਰ੍ਹਾਂ ਦਾ ਸ਼ੈਲੀ ਨੇ ਮੈਨੂੰ ਫਿਰ ਧਮਕੀਆਂ ਦਿੱਤੀਆਂ ਵੀ ਇਸ ਮੁਕੱਦਮੇ ਦੇ ਵਿੱਚ ਆਪਣਾ ਰਾਜੀਨਾਮਾ ਕਰ ਲਾ, ਨਹੀਂ ਤਾਂ ਮੈਂ ਨੁਕਸਾਨ ਕਰਾਂਗਾ। ਉਹਦੇ ਬਿਆਨ ਦੇ ਆਧਾਰ ਦੇ ਉੱਤੇ ਹੀ ਇਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। 307-511 ਜੀ। ਸਰ ਇਹਦੇ 'ਤੇ ਕੋਈ ਪਿਛਲਾ ਮਾਮਲਾ ਜਿਹੜਾ ਉਹਦਾ ਕੀ ਸਟੇਟ ਆ, ਉਹ ਕੀ ਮਾਮਲਾ ਜਿਹੜਾ ਇੱਕ ਪਹਿਲਾਂ ਵੀ ਮਾਮਲਾ ਪਾਇਆ? ਪਹਿਲੇ ਮੁਕੱਦਮੇ 354 ਦੇ ਮੁਕੱਦਮੇ ਜਿਹਦੇ ਵਿੱਚ ਇਹਦੀ ਐਂਟੀਸਪਿਟਰੀ ਬੇਲ ਹੋ ਗਈ ਸੀ। ਇਹ ਪਰਸੋਂ ਆ ਕੇ ਇਸ ਰਜਿਸਟਰ ਨੂੰ ਸ਼ਾਮਲ ਤਫਤੀਸ਼ ਹੋ ਕੇ ਚਲਾ ਗਿਆ ਸੀ। ਉਸ ਟਾਈਮ ਪਤਾ ਨਹੀਂ ਲੱਗਾ ਜੀ ਕੋਰਟ ਵਿੱਚ ਕਦੋਂ ਪੇਸ਼। ਹਾਂਜੀ, ਕੋਰਟ ਵਿੱਚ ਪੇਸ਼ ਇਸ ਮਾਮਲੇ ਅਗਲਾ ਕੀ ਸਟੇਟਸ ਹੋਊਗਾ ਹੁਣ ਦੇ ਵਿੱਚ? ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ ਟੀਵੀ, ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ ਟੀਵੀ। ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਵਿਆਹ ਸ਼ਾਦੀ, ਛਿੰਝ ਮੇਲੇ, ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ DG Cable ਫਗਵਾੜਾ ਅਤੇ ਸਾਂਝ ਟੀਵੀ ਨਾਲ ਸੰਪਰਕ ਕਰੋ।